ਇਹ ਤਸਵੀਰਾਂ ਤੁਸੀਂ ਵੀ ਜ਼ਰੂਰ ਵੇਖੀਆਂ ਹੋਣਗੀਆਂ। ਅਕਾਲੀ ਦਲ ਦੇ ਜਲੰਧਰ ਵੈਸਟ ਤੋਂ ਉਮੀਦਵਾਰ ਸੁਰਜੀਤ ਕੌਰ, ਇਹਨਾਂ ਨੇ ਆਪਣੀ ਨਾਮਜ਼ਦਗੀ 21 ਜੂਨ ਨੂੰ ਭਰੀ, ਪਰ ਹੁਣ ਪਾਰਟੀ ਅੰਦਰ ਚੱਲ ਰਹੇ ਕਲੇਸ਼ ਦਾ ਰੌਲਾ ਇੰਨਾ ਵੱਧ ਗਿਆ ਕਿ ਖਬਰ ਇਹ ਆ ਰਹੀ ਹੈ ਕਿ ਅਕਾਲੀ ਦਲ ਨੇ ਜਲੰਧਰ ਸਿਮਨੀ ਚੋਣ ਲਈ ਆਪਣੇ ਉਮੀਦਵਾਰ ਤੋਂ ਕਿਨਾਰਾ ਕਰ ਲਿਆ ਹੈ। ਹੁਣ ਅਕਾਲੀ ਦਲ ਦਾ ਜਲੰਧਰ 'ਚ ਕੋਈ ਉਮੀਦਵਾਰ ਨਹੀਂ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਸੁਰਜੀਤ ਕੌਰ ਬਾਰੇ ਅਕਾਲੀ ਦਲ ਨੇ ਇਹ ਫੈਸਲਾ ਲਿਆ। ਅਕਾਲੀ ਦਲ ਦੇ ਉਮੀਦਵਾਰ ਆ ਬਣਾਏ ਗਏ ਸੀ, ਉਹ ਦੋ ਸਾਡੇ ਖੋਤੀ ਲੀਡਰਾਂ ਵੱਲੋਂ, ਗੁਰਪ੍ਰਤਾਪ ਸਿੰਘ ਜੀ ਬਟਾਲਾ ਅਤੇ ਬੀਬੀ ਜਗੀਰ ਕੌਰ ਵੱਲੋਂ ਬਣਾਏ ਗਏ ਸੀ। ਸਾਡੇ ਹਲਕੇ ਇੰਚਾਰਜ ਜਿਤਨੇ ਵੀ ਬੈਠੇ ਆ, ਅਕਬਾਲ ਸਿੰਘ ਢੀਡਸਾ, ਹਰਜਾਤ ਸਿੰਘ ਸੰਘਾ ਔਰ ਪਰਮਜੀਤ ਸਿੰਘ ਜੀ ਡੇਰੂ, ਔਰ ਸਾਡੇ ਤੋਂ ਉਹ ਸਲਾਹ ਲੈਣ ਤੋਂ ਬਗੈਰ ਜਿਹੜਾ ਉਹ ਕੈਂਡੀਡੇਟ ਤਿਆਰ ਕੀਤਾ ਗਿਆ ਸੀ। ਪਰ ਜਦੋਂ ਅਸੀਂ ਆ ਪੰਜ ਚਾਰ ਦਿਨਾਂ ਤੋਂ ਦੇਖਿਆ ਕਿ ਉਹ ਕੈਂਡੀਡੇਟ ਜਿਹੜਾ ਬਾਗੀ ਸੁਰਾਂ ਦੇ ਵਿੱਚ ਅਕਾਲੀ ਦਲ ਦੇ ਬੜੀ ਢਾਲ ਆਉਂਦਾ ਪਿਆ ਡੂੰਗੀ, ਉਸ ਢਾਲ ਤੋਂ ਬਚਣ ਦੇ ਲਈ ਔਰ ਉਹ ਅਕਾਲੀ ਦਲ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨਾਲ ਵੀ ਜਿਹੜਾ ਰਾਬਤਾ ਉਹ ਕਾਇਮ ਕਰਦਾ ਪਿਆ। ਇਸੇ ਲਈ ਅਸੀਂ ਜਿਹੜੀ ਅੱਜ ਉਹ ਤੋਂ ਹਮਾਇਤ ਵਾਪਸ ਲਈ ਹੈ, ਅਤੇ ਕੱਲ੍ਹ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਿਸ ਕੈਂਡੀਡੇਟ ਦੀ, ਕਿਸ ਪਾਰਟੀ ਦੀ ਅਸੀਂ ਹਮਾਇਤ ਕਰਾਂਗੇ, ਉਹ ਕੱਲ੍ਹ ਤਾਈਂ ਤੁਹਾਨੂੰ ਜਿਹੜਾ ਪਤਾ ਲੱਗ ਜਾਏ। ਸਾਲ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਕਾਲੀ ਦਲ ਨਿਘਾਰ ਵਾਲੇ ਪਾਸੇ ਜਾ ਰਹੀ ਹੈ। ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਤੇ ਤਲਵਾਰ ਲਟਕ ਰਹੀ ਹੈ, ਤੇ ਵੱਡੀ ਖਬਰ ਇਹ ਕਿ ਕਿਸੇ ਵੇਲੇ ਮੁੱਖ ਪਾਰਟੀ ਰਹੀ ਅਕਾਲੀ ਦਲ ਇਹਨੇ ਹਾਸ਼ੀਏ ਤੇ ਆ ਚੁੱਕੀ ਹੈ ਕਿ ਜਲੰਧਰ ਸਿਮਨੀ ਚੋਣ ਲਈ ਇਹਨਾਂ ਕੋਲ ਕੋਈ ਉਮੀਦਵਾਰ ਹੀ ਨਹੀਂ ਬਚਿਆ। ਜਲੰਧਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਦਵਿੰਦਰ ਕੁਮਾਰ ਨੇ। ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ, ਤੇ ਦੇਖਦੇ ਰਹੋ ਪੰਜਾਬ ਤੱਕ।